ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ? ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਤਾਰਾ ਜੀ, ਅੱਜ ਆਪਾਂ ਲੈ ਕੇ ਆਏ ਤੁਹਾਡੇ ਵਾਸਤੇ ਰੂਟਵਰਸ ਦੀ ਕਲਾਸ ਨੰਬਰ 3। ਠੀਕ ਹੈ ਜੀ, ਇਸ ਤੋਂ ਪਹਿਲਾਂ ਆਪਣੀਆਂ 2 ਕਲਾਸਾਂ ਅਪਲੋਡ ਹੋ ਚੁੱਕੀਆਂ, 3 ਦੇ ਅੱਜ ਆਪਾਂ ਅਪਲੋਡ ਕਰ ਰਹੇ ਹਾਂ। ਤਾਂ ਇਹਦੇ ਵਿੱਚ ਤੁਹਾਨੂੰ ਮੈਂ ਦੱਸੀ ਜਾਂਦਾ ਰਾਜੇ, ਇਹਦੇ ਵਿੱਚ ਆਪਣੇ ਕਾਫੀ ਚੀਜ਼ਾਂ ਕਵਰ ਹੋਣਗੀਆਂ। ਇਹਦੇ ਵਿੱਚ ਇਹ ਵਕੈਬ ਦਾ ਹੀ ਇੱਕ ਪਾਰਟ ਸਮਝ ਲਓ, ਜਿਹਦੇ ਵਿੱਚ ਆਪਣੇ ਐਂਟੋਨੀਅਮ ਸਿਨੋਨੀਅਮ ਵੀ ਕਵਰ ਹੋ ਰਹੇ ਨੇ, ਜਿਹਦੇ ਵਿੱਚ ਆਪਣੇ ਵਨ ਵਰਡ ਵੀ ਕਵਰ ਹੋ ਰਹੇ ਨੇ, ਅਤੇ ਜਿਹਦੇ ਵਿੱਚ ਆਪਣੇ ਈਡੀਅਮ ਹੋ ਗਏ। ਠੀਕ ਹੈ ਜੀ, ਇਹ ਸਾਰੀਆਂ ਚੀਜ਼ਾਂ ਆਪਾਂ ਥੋੜ੍ਹੀਆਂ ਥੋੜ੍ਹੀਆਂ ਨਾਲ ਕਵਰ ਕਰਦੇ ਜਾਂਦੇ, ਨਾਲੇ ਤਾਂ ਤੁਹਾਨੂੰ ਯਾਦ ਕਰਨੀਆਂ ਸੌਖਾ ਹੋ ਜਾਂਦਾ ਰੂਟ ਵਰਡਸ ਦੇ ਨਾਲ। ਠੀਕ ਹੈ ਜੀ, ਨਾਲੇ ਮੇਰਾ ਕੰਮ ਥੋੜ੍ਹਾ ਹੋ ਜਾਂਦਾ ਕਿ ਤੁਹਾਨੂੰ ਯਾਦ ਕਰਾਉਣ ਦਾ ਇੱਕ ਤਰੀਕਾ ਲੱਭਿਆ ਹੋਇਆ ਮੈਨੂੰ। ਠੀਕ ਹੈ ਜੀ, ਚਲੋ ਅੱਜ ਰਾਜੇ ਆਪਾਂ ਨੂੰ ਜੇਕਰ ਕਿਤੇ ਵੀ ਸ਼ਬਦ ਮਿਲਦਾ ਗਾ ਮੇਲ, MALE ਨੂੰ ਮੇਲ ਨਾ ਸਮਝ ਲਓ ਕਿ ਬੰਦਾ ਕਹਿ ਰਿਹਾ ਮੈਂ, ਮੈਲੀ, ਮੌਲ, ਮੋਲੀ, ਇਹ 4 ਸ਼ਬਦ ਤੁਹਾਨੂੰ ਕਿਤੇ ਵੀ ਕਿਸੇ ਵੀ ਸੈਂਟੈਂਸ ਦੇ ਵਿੱਚ ਮਿਲਦੇ ਆ, ਤਾਂ ਤੁਸੀਂ ਨਾਲ ਦੇ ਨਾਲ ਅੰਦਾਜ਼ਾ ਲਾ ਲੈਣਾ ਕਿ ਇਹ ਸ਼ਬਦ ਦਾ ਮਤਲਬ ਹੈਗਾ ਸੌਫਟ। ਸੌਫਟ ਦਾ ਮਤਲਬ ਆਪਾਂ ਕੋਮਲ ਵੀ ਕਹਿ ਸਕਦੇ ਹਾਂ, ਸੌਫਟ ਨੂੰ ਆਪਾਂ ਮੁਲਾਇਮ ਵੀ ਕਹਿ ਸਕਦੇ ਹਾਂ, ਤੁਹਾਨੂੰ ਪਤਾ ਹੈ ਨਾ। ਹੁਣ ਐਗਜ਼ਾਮਪਲ ਦੇ ਤੌਰ 'ਤੇ ਤੁਹਾਡੇ ਮੂਹਰੇ ਮੈਂ ਆਹ ਚੀਜ਼ ਰੱਖਤੀ, ਇਹ ਕੀ ਆ ਭਾਈ ਸਾਹਿਬ? ਤੁਸੀਂ ਕਹੋਗੇ ਜੀ ਇਹ ਤਾਂ ਨਿੱਬਿਆ ਦੀ ਸ਼ੀਸ਼ ਉਹ ਹੈਗੀ, ਇੱਕ ਡੱਬੀ ਜੀ ਹੈ। ਕਾਹਦੇ ਵਾਸਤੇ ਵਰਤਦੇ ਹਾਂ ਜੀ ਇਹ? ਇਹ ਆਪਾਂ ਜੀ ਖੁਸ਼ਕੀ ਵਾਸਤੇ ਵਰਤਦੇ ਕਿ ਆਪਣੀ ਸਕਿੰਨ ਪੱਕੜ ਜੀ ਨਹੀਂ ਹੋ ਜਾਂਦੀ, ਕਿਉਂਕਿ ਸਿਆਲਾਂ ਦੇ ਵਿੱਚ ਖੁਸ਼ਕ ਹੋ ਜਾਂਦੀ ਕਿ ਆਪਣੀ ਸਕਿੰਨ ਸੌਫਟ ਸੌਫਟ ਰਹੇ, ਉਹਦੇ ਵਾਸਤੇ ਵਰਤਦੇ ਹਾਂ। ਠੀਕ ਹੈ ਜੀ, ਤਾਂ ਆਹ 4 ਸ਼ਬਦ ਜਿਹੜੇ ਮੇਲ ਪਏ ਆ, ਮੇਲ, ਮੈਲੀ, ਮੌਲ, ਮੋਲੀ, ਇਹ ਕਿਤੇ ਵੀ ਆਪਾਂ ਨੂੰ ਮਿਲਦੇ ਆ ਦੇਖਣ ਨੂੰ, ਤਾਂ ਇਹਦਾ ਮਤਲਬ ਹੋਊਗਾ ਸੌਫਟ। ਚਲੋ ਹੁਣ ਆਪਾਂ ਰੂਟ ਵਰਡ ਦੇ ਹਿਸਾਬ ਦੇ ਨਾਲ ਚੱਲਦੇ ਹਾਂ ਪਹਿਲ ਨੰਬਰ 'ਤੇ। ਸਭ ਤੋਂ ਪਹਿਲ ਤਾਂ ਆਪਾਂ ਨੂੰ ਸ਼ਬਦ ਮਿਲਦਾ ਸੋਹਣਿਓ ਆਹ ਵਾਲਾ ਮੋਲੀ ਕੋਡਲ। ਤੁਹਾਨੂੰ ਮੈਂ ਕਿਹਾ ਕਿਤੇ ਵੀ ਮੋਲੀ ਸ਼ਬਦ ਮਿਲ ਗਿਆ, ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਹੈਗਾ ਸੌਫਟ। ਸੌਫਟ ਨੂੰ ਆਪਾਂ ਕੋਮਲ ਵੀ ਕਹਿ ਸਕਦੇ ਹਾਂ, ਮੁਲਾਇਮ ਵੀ ਕਹਿ ਸਕਦੇ ਹਾਂ, ਪਲੱਸ ਕੋਡਲ। ਕੋਡਲ ਦਾ ਮਤਲਬ ਟੂ ਪ੍ਰੋਟੈਕਟ, ਟੂ ਕੇਅਰ। ਠੀਕ ਹੈ ਜੀ, ਕਿ ਮਤਲਬ ਐਗਜ਼ਾਮਪਲ ਦੇ ਤੌਰ 'ਤੇ ਐਗਜ਼ਾਮਪਲ ਵੀ ਦਿੱਤੀ ਥੱਲੇ, ਕਹਿੰਦੇ ਐਵਰੀ ਮਦਰ ਟ੍ਰੀਟ ਹਰ ਚਿਲਡ ਇਨ ਏ ਮੋਲੀ ਕੋਡਲ ਵੇ, ਕਹਿੰਦੇ ਹਰੇਕ ਜਿਹੜੀ ਮਾਂ ਹੈਗੀ ਉਹ ਆਪਦੇ ਬੱਚੇ ਨੂੰ ਬਹੁਤ ਹੀ ਕੇਅਰਫੁੱਲੀ ਕਹਿ ਸਕਦੇ ਹੈ, ਜਾਂ ਪੂਰੇ ਧਿਆਨ ਦੇ ਨਾਲ ਉਹਨੂੰ ਪ੍ਰੋਟੈਕਟ ਕਰਦੀ ਹੈ। ਠੀਕ ਹੈ ਜੀ, ਤਾਂ ਮੌਲੀ ਸ਼ਬਦ ਕਿਤੇ ਵੀ ਮਿਲ ਗਿਆ, ਇਹਦਾ ਮਤਲਬ ਕੀ ਆਊਗਾ? ਸੌਫਟ, ਕੋਮਲ, ਮੁਲਾਇਮ, ਇਹ ਸ਼ਬਦ ਦਾ ਮਤਲਬ ਹੈਗਾ। ਠੀਕ ਹੈ ਜੀ, ਤਾਂ ਜੇ ਤੁਹਾਨੂੰ ਆਹ ਸ਼ਬਦ ਮਿਲਦਾ, ਇਹਦਾ ਮਤਲਬ ਕਿਸੇ ਚੀਜ਼ ਨੂੰ ਪ੍ਰੋਟੈਕਟ ਕਰਨਾ ਪਿਆਰ ਦੇ ਨਾਲ। ਠੀਕ ਹੈ ਜੀ, ਇਸ ਤੋਂ ਬਾਅਦ ਦੂਸਰਾ ਸ਼ਬਦ ਮਿਲ ਗਿਆ ਆਪਾਂ ਨੂੰ, ਦੂਸਰਾ ਸ਼ਬਦ ਮਿਲ ਗਿਆ ਮੋਲੀਫਾਈ। ਮੋਲੀਫਾਈ, ਮੋਲੀ ਤੁਹਾਨੂੰ ਮੈਂ ਕਿਹਾ ਕਿ ਇਹਦੇ 'ਚ ਕੋਈ ਮਰਜ਼ੀ ਸ਼ਬਦ ਮਿਲ ਜੇ, ਚਾਹੇ ਮੇਲ ਮਿਲ ਜੇ, ਚਾਹੇ ਮੈਲੀ ਮਿਲ ਜੇ, ਚਾਹੇ ਮੋਲ ਮਿਲ ਜੇ, ਚਾਹੇ ਮੋਲੀ ਮਿਲ ਜੇ, ਤਾਂ ਇਹਦਾ ਮਤਲਬ ਹੋਊਗਾ ਸੌਫਟ। ਮੋਲੀਫਾਈ ਦਾ ਮਤਲਬ ਹੁੰਦਾ ਗਾ ਕਿਸੇ ਦੇ ਸੁਭਾਅ ਨੂੰ ਨਰਮ ਕਰਨਾ। ਠੀਕ ਹੈ ਜੀ, ਕਿਸੇ ਦੇ ਸੁਭਾਅ ਨੂੰ ਨਰਮ ਕਰਨਾ, ਇਹ ਚੀਜ਼ ਹੁੰਦੀ ਹੈ। ਮੰਨ ਲਓ ਐਗਜ਼ਾਮਪਲ ਦੇ ਦੇਣਾ ਤੁਹਾਨੂੰ ਮੈਂ, ਇੱਕ ਮੋਟੀ ਜੀ ਐਗਜ਼ਾਮਪਲ। ਠੀਕ ਹੈ ਜੀ, ਰਵੀ ਹੈ, ਰਵੀ ਇਜ ਅਪਸੈਟ, ਰਵੀ ਇਜ ਅਪਸੈਟ ਰਾਈਟ ਨਾਓ। ਕੀ ਇਹਦਾ ਮਤਲਬ ਇਹ ਹੈ ਕਿ ਭਾਈ ਰਵੀ ਇਸ ਟਾਈਮ ਬਹੁਤ ਜ਼ਿਆਦਾ ਅਪਸੈਟ ਸੀ, ਕੋਈ ਨੁਕਸਾਨ ਹੋ ਗਿਆ ਹੋਣਾ ਰਵੀ ਦਾ। ਠੀਕ ਹੈ ਜੀ, ਵਿਚਾਰੇ ਦਾ ਕੋਈ ਨੁਕਸਾਨ ਹੋ ਗਿਆ ਹੋਣਾ ਰਵੀ ਦਾ, ਤਾਂ ਕਰਕੇ ਉਹ ਕੀ ਸੀ ਸੋਹਣਿਓ? ਉਹ ਅਪਸੈਟ ਸੀਗਾ। ਠੀਕ ਹੈ ਜੀ, ਪਰ ਕੀ ਹੋਇਆ? ਠੀਕ ਹੈ, ਆਈ ਨੀਡ, ਮੈਂ ਰਵੀ ਦੇ ਕੋਲ ਸੀਗਾ, ਆਈ ਨੀਡ ਟੂ ਮੋਲੀਫਾਈ ਹਿਮ, ਕਿ ਮੈਂ ਉਹਦਾ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਉਹ ਸੁਭਾਅ ਨੂੰ ਨਰਮ ਕਰਨ ਦੀ ਕੋਸ਼ਿਸ਼ ਕੀਤੀ। ਠੀਕ ਹੈ ਜੀ, ਚਲੋ ਇਸ ਤੋਂ ਬਾਅਦ ਅਗਲਾ ਆਪਣੇ ਕੋਲ ਆ ਗਿਆ ਜੀ ਸ਼ਬਦ ਇਮੋਲੀਐਂਟ। ਕੀ ਆ ਗਿਆ? ਇਮੋਲੀਐਂਟ। ਇਮੋਲੀਐਂਟ ਦਾ ਕੀ ਮਤਲਬ ਹੁੰਦਾ? ਇਹ 'ਚ ਪਿਆ ਮੋਲੀ ਸ਼ਬਦ, ਥੋੜ੍ਹਾ ਵੱਡਾ ਕਰ ਲਈਏ ਆਪਾਂ, ਹੈ ਨਾ, ਫਿਰ ਤੁਹਾਨੂੰ ਵਿੱਚ ਪਛਾਣਨਾ ਵੀ ਔਖਾ ਹੋ ਜੂ, ਸੌਖਾ ਹੋ ਜੂਗਾ। ਦੇਖੋ ਮੋਲੀ ਸ਼ਬਦ ਆ ਪਿਆ,
ਮੌਲੀ ਸ਼ਬਦ ਦਾ ਮਤਲਬ ਹੈਗਾ ਸੌਫਟ, ਠੀਕ ਹੈ ਜੀ, ਅਤੇ ਇਹਦਾ ਮਤਲਬ ਕੀ ਹੈ ਸੌਫਟ ਫੀਲ ਕਰਵਾਉਣਾ, ਠੀਕ ਹੈ ਜੀ। ਇਮੋਲੈਂਟ ਦਾ ਮਤਲਬ ਕੀ ਹੈ, ਇਮੋਲੀਐਂਟ ਦਾ ਮਤਲਬ ਕੀ ਹੈ, ਕਿਸੇ ਨੂੰ ਸੌਫਟ ਫੀਲ ਕਰਵਾਉਣਾ, ਇਹਦਾ ਮਤਲਬ ਇਹ ਹੈ। ਮੰਨ ਲਓ ਕਿਸੇ ਬੰਦੇ ਦੇ ਪੇਨ ਹੋਈ ਜਾਂਦੀ ਹੈ, ਕਿਸੇ ਬੰਦੇ ਨੂੰ ਹੱਥ ਦੇ ਸੱਟ ਵੱਜ ਗਈ ਜਾਂ ਹੱਥ ਮੱਚ ਗਿਆ ਉਹ ਬੰਦੇ ਦਾ, ਜਾਂ ਕੋਈ ਵੀ ਪ੍ਰੋਬਲਮ ਹੋਊਗੀ, ਠੀਕ ਹੈ ਜੀ, ਆਪਾਂ ਕੀ ਕੰਮ ਕਰਾਂਗੇ, ਆਪਾਂ ਕੋਈ ਕਰੀਮ ਲਾਵਾਂਗੇ ਉਹਦੇ ਉੱਤੇ, ਠੀਕ ਹੈ ਜੀ। ਕਿਹੜੀ ਕਰੀਮ ਲਾਵਾਂਗੇ ਆਪਾਂ, ਇਮੋਲੀਐਂਟ, ਇਮੋਲੀਐਂਟ ਲਾਵਾਂਗੇ, ਠੀਕ ਹੈ ਜੀ, ਜਿਹਦਾ ਕੀ ਹੋ ਜੂਗੀ ਉਹਨੂੰ ਜਿਹੜਾ ਸੌਫਟ ਫੀਲ ਹੋਊਗਾ। ਇਸ ਤੋਂ ਬਾਅਦ ਆ ਗਿਆ ਮੈਲੀ ਫੂਇਸ, ਠੀਕ ਹੈ ਜੀ। ਫਲਿਊਸ ਦਾ ਮਤਲਬ ਕੀ ਹੈ, ਜਿਹੜਾ ਨਾਲ ਪਿਆ ਫਿਊਸ ਜਾਂ ਫਲਿਊਸ ਕਹਿ ਸਕਦਾ, ਇਹਦਾ ਮਤਲਬ ਹੈਗਾ ਫਲੋ, ਫਲੋ ਦਾ ਮਤਲਬ ਹੁੰਦਾ ਕਿਸੇ ਚੀਜ਼ ਦਾ ਚੱਲਣਾ, ਮੈਲੀ ਦਾ ਮਤਲਬ ਹੁੰਦਾ ਸੌਫਟ, ਸੁਹਾਵਣਾ, ਇਹਦਾ ਮਤਲਬ, ਇਹਦਾ ਮਤਲਬ ਸੁਹਾਵਣਾ ਮੌਸਮ ਹੋਵੇ ਜਦੋਂ ਕੋਈ। ਇਸ ਤੋਂ ਬਾਅਦ ਮੌਲਟਨ, ਮੌਲਮਨੇ ਸੌਫਟ, ਠੀਕ ਹੈ ਜੀ, 10 ਮਿੰਟ ਪਿਘਲਾ ਕੇ ਨਰਮ ਕਰਨਾ, ਮੈਲਟ ਮੌਲਟ ਯਾਦ ਕਰ ਲਿਓ, ਠੀਕ ਹੈ ਜੀ, ਪਿਘਲਾ ਕੇ ਕਿਸੇ ਚੀਜ਼ ਨੂੰ ਨਰਮ ਕਰਨਾ, ਇਹ ਗੱਲ ਯਾਦ ਰੱਖਣੀ ਹੈ, ਮੌਲਟਨ ਦਾ ਮਤਲਬ ਹੈਗਾ ਗਾ। ਇਸ ਤੋਂ ਬਾਅਦ 3 ਹੋਰ ਆ ਗਏ ਆਪਣੇ ਕੋਲ, ਕਹਿੰਦੇ ਜੀ ਮੈਲੋਡੀਅਸ, ਮੈਲੋਡੀ, ਤੁਸੀਂ ਬਹੁਤ ਜਗ੍ਹਾ 'ਤੇ ਤੁਸੀਂ ਪੁਰਾਣੇ ਗੀਤ ਜੀ ਸਰਚ ਕਰੋ ਨਾ, ਮੈਲੋਡੀ ਸੌਂਗ, ਮੈਲੋਡੀ ਸੌਂਗ ਸਰਚ ਕਰੋਗੇ ਤਾਂ ਤੁਹਾਡੇ ਕੋਲ ਪੁਰਾਣੇ ਗੀਤ ਆ ਜਾਣਗੇ, ਪੁਰਾਣੇ ਗੀਤ ਜਿਹੜੇ ਆਪਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦੇ ਆ, ਜਿਹਨਾਂ ਦੀ ਮਿੱਠੀ ਆਵਾਜ਼ ਹੁੰਦੀ, ਕੋਈ ਮਿਊਜ਼ਿਕ ਨਹੀਂ ਹੁੰਦਾ, ਦੈਂਗੜ ਦੈਂਗੜ ਨਹੀਂ ਹੁੰਦੀ, ਕੁਛ ਨਹੀਂ ਹੁੰਦਾ, ਆਰਾਮ ਨਾਲ ਆਪਾਂ ਉਹ ਗੀਤ ਸੁਣਦੇ ਹਾਂ ਸੋਹਣੇ, ਠੀਕ ਹੈ ਜੀ, ਤਾਂ ਉਹ ਗੀਤਾਂ ਦੀ ਗੱਲ ਕਰ ਰਹੇ ਨੇ, ਠੀਕ ਹੈ ਜੀ। ਕਿਤੇ ਵੀ ਮੈਲੋਡੀ ਸ਼ਬਦ ਮਿਲ ਜਾਓ, ਨੋਰਮਲੀ ਯਾਦ ਕਰ ਲਓ, ਇਹਦਾ ਮਤਲਬ ਹੈਗਾ ਸੌਫਟ ਮਿਊਜ਼ਿਕ, ਮਧੁਰ ਸੰਗੀਤ। ਮੈਲੋ ਸ਼ਬਦ, ਮੈਲੋ ਮੈਨੇ ਮੈਲ, ਉਹੀ ਸ਼ਬਦ ਹੈ ਮਿਲ, ਕਿਤੇ ਸ਼ਬਦ ਮਿਲ ਜੇ, ਮੌਲ ਮਿਲ ਜੇ, ਇਹਦਾ ਮਤਲਬ ਕੀ ਹੋਊਗਾ, ਇਹਦਾ ਮਤਲਬ ਕੀ ਹੋਊਗਾ ਭਾਈ ਸਾਹਿਬ, ਇਹਦਾ ਮਤਲਬ ਹੋਊਗਾ ਸੌਫਟ, ਨਰਮ, ਜਿਵੇਂ ਰਾਈਪ ਫਰੂਟ, ਰਾਈਪ ਫਰੂਟ ਪੱਕਿਆ ਹੋਇਆ ਅੰਬ, ਫਾਈਕ ਪੱਕਿਆ ਹੋਇਆ ਫਲ ਕਹਿਣਾ ਸੀ ਇੱਥੇ, ਪੱਕਿਆ ਹੋਇਆ ਫਲ, ਮੈਲੋ ਦਾ ਮਤਲਬ, ਠੀਕ ਹੈ ਜੀ। ਮੈਲੋਡੀ ਦਾ ਮਤਲਬ ਸੌਫਟ ਮਿਊਜ਼ਿਕ, ਮਧੁਰ ਸੰਗੀਤ, ਠੀਕ ਹੈ ਜੀ। ਇਸ ਤੋਂ ਬਾਅਦ ਇਹ ਮੈਲੀ ਰੇਟ, ਇਹਦਾ ਮਤਲਬ ਮੈਲੀ ਆ ਪਿਆ, ਇਹਦਾ ਮਤਲਬ ਸੌਫਟ ਮੈਂ ਚੰਗਾ, ਮਤਲਬ ਸੌਫਟ ਕੋਮਲ ਚੀਜ਼, ਇਹਦਾ ਮਤਲਬ ਕਿ ਇਹ ਮੈਲੀ ਰੇਟ ਦਾ ਮਤਲਬ ਕੀ ਹੈਗਾ ਕਿ ਆਪਾਂ ਸੌਫਟ ਚੀਜ਼ ਨੂੰ ਹੋਰ ਵੀ ਰੇਟਿੰਗ ਕਰਨੀ, ਕਿ ਉਹਨੂੰ ਹੋਰ ਵੀ ਕੀ ਕਰਨਾ, ਬੈਟਰ ਕਰਨਾ, ਪਹਿਲਾਂ ਨਾਲੋਂ, ਪਹਿਲਾਂ ਨੂੰ ਕੀ ਕਰਨਾ, ਉਹਨੂੰ ਬੈਟਰ ਕਰਨਾ, ਬੈਟਰ ਕਰਨਾ, ਬਹੁਤ ਵਧੀਆ ਕਰਨਾ, ਠੀਕ ਹੈ ਜੀ। ਤਾਂ ਇਹ ਨਾਲ ਰਾਜੇ ਜਿੰਨੇ ਵੀ ਆਪਣੇ ਮੈਲੀ ਨਾਲ ਰਿਲੇਟਡ ਸ਼ਬਦ ਹੈਗੇ ਉਹ ਸਾਰੇ ਕੰਪਲੀਟ ਹੁੰਦੇ ਆ, ਠੀਕ ਹੈ ਜੀ। ਜਿੰਨੇ ਵੀ ਮੈਲੀ ਨਾਲ ਸ਼ਬਦ ਆ ਸਾਰੇ ਰਿਲੇਟ ਹੁੰਦੇ ਆ, ਮੈਨੂੰ ਲੱਗਦਾ ਨਹੀਂ ਕਿਸੇ ਬੱਚੇ ਨੂੰ ਕੋਈ ਨਾ ਪਤਾ ਲੱਗੂ, ਕਿਉਂਕਿ ਰਾਜੇ ਜਦੋਂ ਤੁਹਾਨੂੰ ਇੱਕ ਚੀਜ਼ ਦਾ ਪਤਾ ਲੱਗ ਗਿਆ ਵਿੱਚ ਮੌਲੀ ਸ਼ਬਦ ਦੀ, ਕਿਤੇ ਤੁਹਾਨੂੰ ਮਿਲ ਗਿਆ ਵਿੱਚ, ਤਾਂ ਤੁਸੀਂ ਆਪ ਤੋਂ ਆਮ ਤੌਰ 'ਤੇ ਤੁਹਾਡਾ ਮੋਟਾ ਮੋਟੀ ਅੰਦਾਜ਼ਾ ਲੱਗ ਜੂਗਾ ਕਿ ਇਹ ਕਿਸੇ ਚੀਜ਼ ਨੂੰ ਸੌਫਟ ਬਣਾਉਣ ਦੀ ਗੱਲ ਹੋ ਰਹੀ ਹੈ, ਕਿਸੇ ਚੀਜ਼ ਨੂੰ ਨਰਮ ਬਣਾਉਣ ਦੀ ਗੱਲ ਹੋ ਰਹੀ ਹੈ, ਇੱਕ ਪੋਜ਼ਿਟਿਵਿਟੀ ਵੱਲ ਜਾ ਰਿਹਾ ਇਹ ਸਾਰੇ ਦਾ ਸਾਰਾ ਸੰਟੈਂਸ, ਠੀਕ ਹੈ ਜੀ। ਤਾਂ ਇਹਦੇ ਨਾਲ ਇਹ ਹੁੰਦਾ ਰਾਜੇ ਕਿ ਸਾਰਾ ਸੰਟੈਂਸ ਯਾਦ ਕਰਨ ਦੇ ਨਾਲੋਂ, ਠੀਕ ਹੈ ਜੀ, ਸਾਰਾ ਸੰਟੈਂਸ ਯਾਦ ਕਰਨ ਦੇ ਨਾਲੋਂ ਆਪਾਂ ਇੰਨੇ ਕੁ ਦੇ ਨਾਲ ਆਪਦਾ ਸਿਸਟਮ ਵਧੀਆ ਚਲਾ ਸਕਦੇ ਹਾਂ, ਠੀਕ ਹੈ ਜੀ। ਇਸ ਤੋਂ ਬਾਅਦ ਅਗਲਾ, ਤੁਹਾਨੂੰ ਬਹੁਤ ਜਗ੍ਹਾ 'ਤੇ ਸ਼ਬਦ ਮਿਲੂਗਾ ਨੈਕਰੋ, ਆਹ ਸ਼ਬਦ ਮਿਲੂਗਾ ਲਿਖਿਆ ਨੈਕਰੋ। ਨੈਕਰੋ ਦਾ ਮਤਲਬ ਹੈਗਾ ਰਾਜੇ ਡੈਥ ਜਾਂ ਡੈਡ ਬੋਡੀ, ਕਹਿੰਦਾ ਮਤਲਬ ਜਾਂ ਤਾਂ ਇਹਦਾ ਸ਼ਬਦ ਦਾ ਮਤਲਬ ਹੋਊਗਾ ਮੌਤ, ਠੀਕ ਹੈ ਜੀ, ਜਾਂ ਇਹਨੂੰ ਮਰੇ ਹੋਏ ਸਰੀਰ ਨਾਲ, ਇਹ ਦੋ ਚੀਜ਼ਾਂ ਵੱਲ ਜਾਵਾਂਗੇ ਜਿੱਥੇ ਵੀ ਕਿਤੇ ਆਪਾਂ ਨੂੰ ਨੈਕਰੋ ਸ਼ਬਦ ਮਿਲਦਾ ਗਾ, ਕਿਤੇ ਵੀ ਆਪਾਂ ਨੂੰ ਕਿਹੜਾ ਸ਼ਬਦ ਮਿਲਦਾ ਰਾਜੇ, ਨੈਕਰੋ ਸ਼ਬਦ ਮਿਲਦਾ। ਚਲੋ ਜੀ ਨੈਕਰੋ ਰਿਲੇਟਡ, ਆਹ ਦੇਖੋ ਜੀ ਪਿੱਕ ਲਾਈ ਹੋਈ ਆ, ਆਹ ਕੀ ਪਿਆ, ਇਹ ਕਿਸੇ ਬੰਦੇ ਦੀ ਡੈਥ ਹੋਈ ਹੋਈ ਹੈ, ਸਮਝੋ ਜੇ ਡੈਥ ਹੋ ਗਈ ਤਾਂ ਡੈਥ ਤੋਂ ਬਾਅਦ ਉਹਦੀ ਡੈੱਡ ਬੋਡੀ ਪਈ ਹੈ, ਦੋਨਾਂ ਨੂੰ ਆਪਾਂ ਸ਼ਬਦਾਂ ਨੂੰ ਨੈਕਰੋ ਸ਼ਬਦ ਦੇ ਨਾਲ ਰਿਲੇਟ ਕਰਨਾ, ਠੀਕ ਹੈ ਜੀ। ਚਲੋ ਪਹਿਲਾ ਸ਼ਬਦ ਵੱਲ ਚੱਲਦੇ, ਨੈਕਰੋ, ਨੈਕਰੋ ਦਾ ਮਤਲਬ ਕੀ ਹੁੰਦਾ ਰਾਜੇ, ਹੁਣੀ ਗੱਲ ਕਰਕੇ ਨੈਕਰੋ ਸ਼ਬਦ ਕਿਤੇ ਮਿਲ ਗਿਆ ਨਾ, ਮਤਲਬ ਡੈਥ ਹੋਊਗਾ, ਠੀਕ ਹੈ ਜੀ।
ਫਾਈਲ ਦਾ ਮਤਲਬ, ਕਿਤੇ ਵੀ ਤੁਹਾਨੂੰ ਫਾਈਲ ਸ਼ਬਦ ਮਿਲਦਾ ਪਹਿਲਾਂ ਵੀ ਕਰਕੇ ਹਟਿਆ, ਇਹਦਾ ਮਤਲਬ ਜਿਹੜਾ ਕੋਈ ਬੰਦਾ ਕਿਸੇ ਚੀਜ਼ ਨੂੰ ਪਿਆਰ ਕਰਦਾ, ਲਵਰ ਹੁੰਦਾ। ਜਦੋਂ ਵੀ ਆਪਾਂ ਫਾਈਲ ਵਾਲੇ ਵੀ ਆਪਾਂ ਕਾਫੀ ਸ਼ਬਦ ਆਉਣਗੇ ਹਜੇ, ਫਾਈਲ ਵਾਲੇ ਆਪਾਂ ਨੂੰ ਬਹੁਤ ਸ਼ਬਦ ਦੇਖਣ ਨੂੰ ਮਿਲਣਗੇ ਹਜੇ, ਬੇਫਿਕਰ ਰਹੋ। ਮਾਨੀਆਂ ਹੋ ਗਿਆ, ਫਾਈਲ ਹੋ ਗਿਆ, ਬਹੁਤ ਸ਼ਬਦ ਦੇਖਣ ਨੂੰ ਮਿਲਣਗੇ, ਠੀਕ ਹੈ ਜੀ। ਤਾਂ ਫਾਈਲ ਸ਼ਬਦ ਮਤਲਬ ਕਹਿੰਦਾ ਮਤਲਬ ਜਿਹੜਾ ਮਰੇ ਹੋਏ ਸਰੀਰ ਨੂੰ ਪਿਆਰ ਕਰਦਾ ਗਾ, ਜਿਹੜਾ ਮਰੇ ਹੋਏ ਸਰੀਰ ਨੂੰ ਪਿਆਰ ਕਰਦਾ ਉਹਨੂੰ ਆਪਾਂ ਨੈਕਰੋਫਾਈਲ ਕਹਾਂਗੇ। ਇੱਦੋਂ ਬਾਅਦ ਨੈਕਰੋਮਾਨੀਆ, ਮਾਨੀਆ ਸ਼ਬਦ ਤੁਹਾਨੂੰ ਕਿਤੇ ਵੀ ਮਿਲ ਗਿਆ, ਇਹਦਾ ਮਤਲਬ ਕੀ ਹੋਊਗਾ? ਸਨਕ। ਸਨਕ ਆਪਾਂ ਕਹਿੰਦੇ ਫਲਾਨੇ ਬੰਦੇ ਨੂੰ ਜਿਹੜਾ ਆਹ ਚੀਜ਼ ਦੀ ਬੜੀ ਸਨਕ ਆ, ਫਲਾਨਾ ਬੰਦਾ ਆਹ ਚੀਜ਼ ਵਾਸਤੇ ਪਾਗਲ ਆ, ਜਿਵੇਂ ਤੁਹਾਨੂੰ ਨੌਕਰੀ ਦੀ ਸਨਕ ਹੈਗੀ, ਤਾਂ ਤੁਹਾਨੂੰ ਕੀ ਹੈ? ਮਾਨੀਆ ਇੱਕ ਤਰ੍ਹਾਂ ਦਾ, ਇਹਨੂੰ ਮਾਨੀਆ ਕਹਾਂਗੇ। ਤੁਹਾਨੂੰ ਨੌਕਰੀ ਦੀ ਸਨਕ ਹੈਗੀ, ਭਾਈ ਨੌਕਰੀ ਲੱਗਣੀ ਲੱਗਣਾ, ਕਿਤੇ ਵੀ ਮਾਨੀਆ ਸ਼ਬਦ ਮਿਲ ਗਿਆ ਤਾਂ ਇਹ ਰਿਲੇਟ ਕਰੂਗਾ ਆਪਾਂ ਨੂੰ ਕਿਸੇ ਚੀਜ਼ ਦੀ ਬੜੀ ਜ਼ਿਆਦਾ ਮਤਲਬ ਸਨਕ ਹੈਗੀ, ਪਾਗਲ ਆਪਾਂ ਉਹ ਚੀਜ਼ ਵਾਸਤੇ, ਠੀਕ ਹੈ ਜੀ। ਦੇਖੋ ਨੈਕਰੋ ਮੇਰੇ ਕੀ ਹੁੰਦਾ ਗਾ? ਮੌਤ। ਮਾਨੀਆ ਮੇਰੇ ਕੀ ਹੁੰਦਾ? ਸਨਕ, ਮਰੇ ਸਰੀਰ ਪ੍ਰਤੀ ਸਨਕ, ਆਕਰਸ਼ਿਤ ਹੁੰਦੇ ਆ ਵਿੱਚ ਲੋਕ। ਇਹ ਬਿਮਾਰੀਆਂ ਹੈਗੀਆਂ ਨਾ ਜੀ, ਆਪਾਂ ਨੂੰ ਨਹੀਂ ਪਤਾ ਹੈਗਾ, ਇਹ ਬਹੁਤ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਜਿਹੜੇ ਪੇਪਰ ਦੇ ਵਿੱਚ ਆਪਾਂ ਨੂੰ ਪੁੱਛੀਆਂ ਜਾਂਦੀਆਂ ਇੱਕ ਤਰ੍ਹਾਂ ਦਾ ਇਹ ਚੀਜ਼। ਇਸ ਤੋਂ ਬਾਅਦ ਦੇਖੋ ਇੱਥੇ ਲਿਖਿਆ ਹੋਇਆ ਰੈਕਰੋਮਾਨੀਆ, ਆਹ ਨੇ ਸੇਮ ਟੂ ਸੇਮ ਆ, ਇੱਥੇ ਲਿਖਿਆ ਹੋਇਆ ਨੈਕਰੋਮੈਨੀਅਕ। ਕਿੱਥੇ ਮੈਨੀਕ ਆ ਗਿਆ? ਉੱਥੇ ਕੀ ਹੋਊਗਾ? ਉੱਥੇ ਕੋਈ ਬੰਦਾ ਇਹ ਚੀਜ਼ ਨੈਕਰੋਮਾਨੀਆ ਦੇ ਵਿੱਚ ਦੀ, ਉਹ ਜਿਹੜੀ ਚੀਜ਼ ਦੇ ਵਿੱਚ ਦੀ ਲੰਘ ਰਿਹਾ ਹੈਗਾ, ਮਰੇ ਹੋਏ ਸਰੀਰ ਦੀ ਸਨਕ ਪ੍ਰਤੀ, ਜਿਹੜਾ ਮਰੇ ਹੋਏ ਸਰੀਰ ਪ੍ਰਤੀ ਕਿਸੇ ਬੰਦੇ ਦਾ ਪਾਗਲਪਣਾ ਹੈ, ਠੀਕ ਹੈ ਜੀ, ਪਾਗਲਪਣਾ ਮਰੇ ਹੋਏ ਸਰੀਰ ਪ੍ਰਤੀ ਕਿਸੇ ਬੰਦੇ ਦਾ, ਠੀਕ ਹੈ, ਚਾਹੇ ਉਹ ਕੁਛ ਮਰਜ਼ੀ ਕਰਨਾ ਚਾਹੁੰਦਾ ਡੈੱਡ ਬੋਡੀ ਨਾਲ, ਤਾਂ ਜਿਹੜੀ ਉਹ ਕੰਡੀਸ਼ਨ ਦੇ ਵਿੱਚੋਂ ਲੰਘ ਰਿਹਾ ਉਹਨੂੰ ਆਪਾਂ ਕੀ ਕਹਾਂਗੇ? ਨੈਕਰੋਮੈਨਿਕ। ਅਤੇ ਜੇ ਉਹ ਬੰਦਾ ਮਰੇ ਹੋਏ ਸਰੀਰ ਨੂੰ ਪਿਆਰ ਕਰਦਾ ਉਹਨੂੰ ਨੈਕਰੋਮਾਨੀਆ। ਇਸ ਤੋਂ ਬਾਅਦ ਤੁਹਾਨੂੰ ਰਾਜੇ ਬਹੁਤ ਜਗ੍ਹਾ 'ਤੇ ਸ਼ਬਦ ਮਿਲੂਗਾ ਫੋਬੀਆ। ਫੋਬੀਆ ਸ਼ਬਦ ਤੁਹਾਨੂੰ ਕਿਤੇ ਵੀ ਮਿਲ ਗਿਆ ਸੋਹਣਿਓ, ਇਹ ਡਰ ਦੇ ਨਾਲ ਰਿਲੇਟ ਕਰਦਾ ਗਾ, ਡਰ ਦੇ ਨਾਲ। ਕੋਈ ਬਹੁਤ ਤਰ੍ਹਾਂ ਦੇ ਡਰ ਮਿਲਣਗੇ ਤੁਹਾਨੂੰ ਅੱਗੇ, ਡਰ ਵਾਲੇ ਵੀ, ਫੋਬੀਆ ਵਾਲੇ ਵੀ ਆਪਾਂ ਸਾਰੇ ਪੜ੍ਹਾਂਗੇ, ਮਾਨੀਆਂ ਵਾਲੇ ਵੀ ਆਪਾਂ ਸਾਰੇ ਪੜ੍ਹਾਂਗੇ, ਠੀਕ ਹੈ ਜੀ। ਇਸ ਤੋਂ ਪਹਿਲਾਂ ਆਪਾਂ ਇੱਕ ਹੋਰ ਵੀ ਕਰਵਾ ਗਿਆ ਸੀ, ਉਹ ਵੀ ਆਪਾਂ ਸਾਰੇ ਕਰਾਂਗੇ, ਠੀਕ ਹੈ ਜੀ। ਸਾਈਡ ਵਾਲੇ ਵੀ ਆਪਾਂ ਸਾਰੇ ਪੜ੍ਹਾਂਗੇ, ਕਿਸੇ ਸੁਸਾਈਡ ਕਰ ਲਿਆ, ਕਿਸੇ ਨੇ ਪੈਟਰੀਸਾਈਡ ਕਰਤਾ, ਕਿਸੇ ਨੇ ਮੈਟਰੀਸਾਈਡ ਕਰਤਾ, ਕਿਸੇ ਨੇ ਹੋਮੀਸਾਈਡ ਕਰਤਾ, ਕਿਸੇ ਨੇ ਪੋਲੂਸਾਈਡ ਕਰਤਾ, ਕਿਸੇ ਨੇ ਜੀਨੋਸਾਈਡ ਕਰਤਾ, ਇਮੀਸਾਈਡ ਕਰਤਾ, ਸਾਰੇ ਪੜ੍ਹ ਕੇ ਚੱਲਾਂਗੇ ਆਪਾਂ, ਠੀਕ ਹੈ ਜੀ, ਪਤਾ ਲੱਗ ਗਿਆ। ਨੈਕਰੋ ਮਤਲਬ ਰਾਜੇ ਮਰੇ ਹੋਏ ਸਰੀਰ ਤੋਂ ਡਰਨਾ, ਬਹੁਤ ਲੋਕ ਮਰੇ ਹੋਏ ਸਰੀਰ ਤੋਂ ਡਰਦੇ ਆ, ਤਵੀਤ ਕਰਾਈ ਜਾਣਗੇ ਧਾਗੇ ਤਵੀਤ, ਤਾਂ ਉਹ ਬੰਦੇ ਨੂੰ ਕੀ ਕਹਾਂਗੇ? ਭਾਈ ਇਹ ਬੰਦੇ ਨੂੰ ਨੈਕਰੋਫੋਬੀਆ ਹੋ ਗਿਆ, ਠੀਕ ਹੈ। ਇਸ ਤੋਂ ਬਾਅਦ ਆਹ ਤਾਂ ਨੈਕਰੋਫੋਬੀਆ ਹੈਗਾ, ਆਹ ਹੈਗਾ ਨੈਕਰੋਫੋਬਿਕ, ਸੇਮ ਟੂ ਸੇਮ ਚੀਜ਼ ਹੀ ਆ, ਇੱਥੇ ਏ ਦੀ ਥਾਂ 'ਤੇ ਇਹਨੇ ਸੀ ਲਾ ਤੀ, ਮਤਲਬ ਜਿਹੜਾ ਬੰਦਾ ਉਹ ਕੰਡੀਸ਼ਨ ਵਿੱਚ ਨਹੀਂ ਲੰਘ ਰਿਹਾ। ਜਿਵੇਂ ਮੰਨ ਲਓ ਮੇਰੇ ਮੂਹਰੇ ਕਿਸੇ ਦੀ ਡੈੱਡ ਬੋਡੀ ਪਈ ਹੈ, ਠੀਕ ਹੈ ਜੀ, ਉਹ ਡੈੱਡ ਬੋਡੀ ਦੇਖ ਕੇ ਡਰ ਲੱਗ ਰਿਹਾ ਹੈਗਾ, ਜਿਹੜੀ ਮੈਂ ਉਹ ਕੰਡੀਸ਼ਨ ਵਿੱਚ ਲੰਘ ਰਿਹਾ ਜਿਹੜਾ ਮੈਨੂੰ ਡਰ ਲੱਗ ਰਿਹਾ ਹੈਗਾ, ਉਹ ਚੀਜ਼ ਨੂੰ ਕਿਹਾ ਜਾਊਗਾ ਜੀ ਨੈਕਰੋਫੋਬਿਕ। ਜਿਹੜਾ ਉਹ ਬੰਦਾ ਡਰ ਰਿਹਾ ਉਹ ਚੀਜ਼ ਉਹਦੇ ਮਨ ਦੇ ਵਿੱਚ, ਜਿਹੜਾ ਉਹ ਡਰ ਆ ਉਹ ਚੀਜ਼ ਨੂੰ ਦੇਖ ਕੇ ਉਹ ਨੈਕਰੋਫੋਬੀਆ। ਜਿਹੜੀ ਉਹ ਦੋਨਾਂ ਦੀ ਕੰਡੀਸ਼ਨ 'ਚੋਂ ਲੰਘ ਰਿਹਾ ਦੇਖ ਕੇ ਉਹ ਡਰ ਰਿਹਾ, ਉਹ ਸਾਰੀ ਕੰਡੀਸ਼ਨ ਨੂੰ ਆਪਾਂ ਕੀ ਕਹਾਂਗੇ? ਨੈਕਰੋਫੋਬਿਕ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਨੈਕਰੋਪੋਲਿਸ। ਪੋਲਿਸ ਸ਼ਬਦ ਤੁਹਾਨੂੰ ਕਈ ਜਗ੍ਹਾ 'ਤੇ ਮਿਲੂਗਾ, ਇਹਦਾ ਮਤਲਬ ਹੋ ਗਿਆ ਸਿਟੀ, ਕੋਈ ਸ਼ਹਿਰ। ਨੈਕਰੋ ਮੈਨੇ ਕੀ ਹੁੰਦਾ ਗਾ? ਡੈੱਡ ਬੋਡੀ ਜਾਂ ਮਰਿਆ ਸਰੀਰ, ਤੁਹਾਨੂੰ ਪਤਾ ਮੈਂ ਕਹਿ ਕੇ ਹਟਿਆ, ਜਿੱਥੇ ਮਰੇ ਹੋਏ ਸਰੀਰਾਂ ਨੂੰ ਦੱਬਿਆ ਜਾਂਦਾ ਹੈ, ਕਬਰਸਤਾਨ ਹੈ। ਕਬਰਸਤਾਨ ਦਾ ਇੱਕ ਨਾਮ ਹੋਰ ਵੀ ਹੈ ਨੈਕਰੋਪੋਲਿਸ। ਨੈਕਰੋਪੋਲਿਸ ਇਹ ਕੀ ਹੈ ਰਾਜੇ? ਇਹ ਜਿਵੇਂ ਇਹ ਇੱਕ ਦਫਨਾਉਣ ਵਾਲਾ ਜਗ੍ਹਾ ਗਾ, ਠੀਕ ਹੈ ਜੀ, ਜਿੱਥੇ ਦਫਨਾਇਆ ਜਾਂਦਾ ਗਾ ਉਹਨੂੰ ਆਪਾਂ ਨੈਕਰੋਪੋਲਿਸ ਕਹਾਂਗੇ। ਇਸ ਤੋਂ ਬਾਅਦ ਕਹਿੰਦੇ ਨੈਕਰੋਮੈਂਸਰ ਵੀ ਤੁਹਾਨੂੰ ਮਿਲ ਸਕਦਾ, ਨੈਕਰੋਮੈਨਸੀ ਵੀ ਮਿਲਿਆ ਦਿਖ ਸਕਦਾ, ਇਹ ਦੋ ਸ਼ਬਦ ਤੁਹਾਨੂੰ ਮਿਲੇ ਦਿਖਣਗੇ ਪੇਪਰ ਦੇ ਵਿੱਚ, ਠੀਕ ਹੈ ਜੀ। ਇਹ ਕੌਣ ਹੁੰਦਾ ਗਾ? ਦੇਖੋ ਜੀ, ਨੈਕਰੋਮੈਨੇ ਡੈੱਥ ਵਾਲਾ ਸੀ, ਮਰਿਆ ਹੋਇਆ, ਮੌਤ ਹੋ ਗਈ ਹੋਵੇ ਜਿਹਦੀ। ਮੈਨਸੀ
ਜਾਂ ਮੈਂਸਰ ਜਿਹੜਾ ਉਹਦੇ ਨਾਲ ਰਿਲੇਟ ਹੋਵੇ, ਜਿਹੜਾ ਬੰਦਾ ਕਹਿੰਦੇ ਵਨ ਹੂ ਟਾਕ ਟੂ ਸਪਿਰਿਟ ਦਾ, ਜਿਹੜੇ ਬੰਦੇ ਦੇ ਵਿੱਚ ਮਰੇ ਹੋਏ ਸਰੀਰਾਂ ਨਾਲ ਗੱਲ ਕਰਨ ਦੀ ਸ਼ਕਤੀ ਹੈ, ਗੱਲ ਕਰ ਸਕਦਾ, ਜੋ ਮਰੇ ਹੋਏ ਇਨਸਾਨ ਦੀ ਆਤਮਾ ਨਾਲ ਗੱਲ ਕਰੇ, ਉਹਨੂੰ ਆਪਾਂ ਨੈਕਰੋਮੈਂਸਰ ਜਾਂ ਨੈਕਰੋਮੈਂਸੀ ਕਹਾਂਗੇ। ਠੀਕ ਹੈ ਜੀ, ਤਾਂ ਨੈਕਰੋ ਦੇ ਨਾਲ ਰਿਲੇਟਡ ਸਾਰੇ ਸ਼ਬਦ ਹੋ ਗਏ ਕਹਿੰਦੇ ਹੋ ਗਏ, ਨੈਕਰੋ ਨਾਲ ਰਿਲੇਟਡ ਸਾਰੇ ਸ਼ਬਦ ਪੜ੍ਹ ਲਏ ਹੁਣ ਆਪਾਂ। ਜਿਨ੍ਹਾਂ ਨੂੰ ਨੈਕਰੋ ਵਾਲਾ ਸ਼ਬਦ ਕਿਤੇ ਵੀ ਮਿਲਦਾ ਰਾਜੇ, ਤੁਸੀਂ ਅੱਖਾਂ ਮੀਚ ਕੇ ਬਸ ਮੇਰਾ ਨਾਂ ਲੈ ਕੇ ਆਨਸਰ ਲਾਇਆ ਹੈ। ਠੀਕ ਹੈ ਜੀ, ਆ ਰਹੇ ਨਾ ਸਮਝ ਰਾਜੇ? ਦੇਖੋ ਇੱਦੂ ਸੌਖੇ ਤਰੀਕੇ ਨਾਲ ਤੁਹਾਨੂੰ ਬਕੈਬਰੀ ਮੈਂ ਕਰਵਾ ਸਕਦਾ, ਇੱਦੂ ਸੌਖਾ ਤਰੀਕਾ ਕੋਈ ਨਹੀਂ ਹੈਗਾ ਰਾਜੇ। ਇੱਕ ਨਿੱਕੇ ਜਿਹੇ ਸ਼ਬਦ ਤੋਂ ਤੁਹਾਨੂੰ ਮੈਂ 7-7-8-8 ਸੈਂਟੈਂਸ ਕਰਵਾ ਰਿਹਾ ਹੈਗਾ, ਨਿੱਕੇ ਜਿਹੇ ਸ਼ਬਦ ਤੋਂ, ਜਿਹਦੇ ਵਿੱਚ ਸਾਡੇ ਸਨੋਨੀਅਮ, ਅੰਟੋਨੀਅਮ, ਈਡੀਅਮ, ਵਨ ਵਰਡ ਸਾਰਾ ਕੁਛ ਮੈਂ ਕਵਰ ਕਰਵਾ ਰਿਹਾ, ਹੋਰ ਰਾਜੇ ਕੀ ਆਜੂਗਾ। ਠੀਕ ਹੈ, ਇਹ ਚੀਜ਼ਾਂ ਚੰਗੀ ਤਰ੍ਹਾਂ ਕਰੋ। ਇਸ ਤੋਂ ਬਾਅਦ ਤੁਹਾਨੂੰ ਬਹੁਤ ਜਗ੍ਹਾ 'ਤੇ ਸ਼ਬਦ ਮਿਲੂਗਾ ਸਾਈਡ, ਸਾਈਡ ਫਲਾਣੇ ਬੰਦੇ ਨੇ ਸੂਸਾਈਡ ਕਰ ਲਿਆ। ਆਪਾਂ ਸ਼ਬਦ ਪੜ੍ਹਦੇ, ਆਪਾਂ ਸ਼ਬਦਾਂ ਦੇ ਵਿੱਚ ਨਾ ਗੌਰ ਨਹੀਂ ਕਰਦੇ ਅਸਲ ਦੇ ਵਿੱਚ ਸ਼ਬਦਾਂ ਦੀ। ਹੋਮੀਸਾਈਡ, ਜੀਨੋਸਾਈਡ, ਇਹ ਸ਼ਬਦ ਆਪਾਂ ਆਮ ਦੇਖਣ ਨੂੰ ਮਿਲਦੇ, ਆਪਾਂ ਸਾਈਡ ਸ਼ਬਦ ਕਿਤੇ ਵੀ ਆ ਗਿਆ, ਇਹਦਾ ਮਤਲਬ ਹੈਗਾ ਕਿਲਿੰਗ ਜਾਂ ਕਿਲਰ, ਹੱਤਿਆ ਜਾਂ ਹਤਿਆਰਾ, ਦੋਨੇ ਸ਼ਬਦਾਂ ਦਾ ਸਾਈਡ ਸ਼ਬਦ ਜਾਊਗਾ। ਦੇਖੋ ਜੀ, ਆਹ ਤੁਹਾਡੇ ਮੂਹਰੇ ਪਿੱਕ ਪਈ ਹੈ, ਠੀਕ ਹੈ ਜੀ, ਆਹ ਦੇਖੋ ਇਹਨੇ ਕਿਸੇ ਨੂੰ ਮਾਰਿਆ ਹੈਗਾ। ਠੀਕ ਹੈ ਜੀ, ਚਲੋ ਜੇ ਤੁਹਾਨੂੰ ਸਾਈਡ ਦਾ ਮਤਲਬ ਕਿਸੇ ਨੂੰ ਮਾਰਨਾ, ਪੈਟਰੀ ਸਾਈਡ, ਜਿੱਥੇ ਕਿਤੇ ਵੀ ਪੈਟਰੀ ਸ਼ਬਦ ਸ਼ਬਦ ਮਿਲ ਗਿਆ ਤਾਂ ਸਮਝ ਲਓ ਉਹ ਬੰਦਾ ਆਪਦੇ ਪਿਤਾ ਦਾ ਕਾਤਲ ਹੈਗਾ, ਉਹ ਬੰਦਾ ਆਪਦੇ ਪਿਤਾ ਦਾ ਕਾਤਲ ਹੈਗਾ। ਠੀਕ ਹੈ ਜੀ, ਜਿਵੇਂ ਮੈਂ ਇੱਥੇ ਲਿਖ ਦਾਂਗਾ ਸ਼ੰਕਰ, ਐਗਜ਼ਾਮਪਲ ਦਿੰਦਾ ਤੁਹਾਨੂੰ ਮੈਂ, ਠੀਕ ਹੈ ਜੀ, ਸ਼ੰਕਰ ਇਜ਼ ਗੈਲਟੀ, ਸ਼ੰਕਰ ਗੈਲਟੀ ਫੀਲ ਕਰ ਰਿਹਾ ਔਫ ਪੈਟਰੀ ਸਾਈਡ, ਕਿ ਉਹ ਆਪਦੇ ਆਪ ਨੂੰ ਹੁਣ ਸ਼ਰਮਿੰਦਾ ਹੋ ਰਿਹਾ ਕਿ ਉਹਨੇ ਪੈਟਰੀ ਸਾਈਡ ਕਰਤਾ। ਪੈਟਰੀ ਸਾਈਡ ਦਾ ਮਤਲਬ ਕੀ ਕਰਤਾ ਰਾਜੀ? ਉਹਨੇ ਆਪਦੇ ਪਿਤਾ ਦਾ ਕਤਲ ਕਰਤਾ। ਜੇ ਕਿਤੇ ਮੈਟਰੀ ਸਾਈਡ ਆਉਂਦਾ, ਜੇ ਕਿਸੇ ਆਪਾਂ ਅਖਬਾਰਾਂ ਦੇ ਵਿੱਚ ਆਮ ਤੌਰ 'ਤੇ ਪੜ੍ਹਦੇ ਹਾਂ ਕਿ ਫਲਾਣੇ ਬੰਦੇ ਨੇ, ਨਸ਼ੇੜੀ ਮੁੰਡਾ ਸੀ, ਉਹਨੇ ਉਹਦੀ ਮਾਂ ਦਾ ਕਤਲ ਕਰਤਾ, ਇਹ ਚੀਜ਼ਾਂ ਆਪਦੇ ਆਪ 'ਤੇ ਸੁਣੇ। ਜੇਕਰ ਤੁਸੀਂ ਉਸੀ ਇੰਗਲਿਸ਼ ਅਖਬਾਰ ਪੜ੍ਹੋਗੇ ਉਹਦੇ ਵਿੱਚ ਤੁਹਾਨੂੰ ਇਹ ਸਾਰੇ ਸ਼ਬਦਾਂ ਦੇ ਵਿੱਚ ਇੱਕ ਸ਼ਬਦ ਹੀ ਮਿਲਿਆ ਦਿਸੂਗਾ, ਮੈਟਰੀ ਸਾਈਡ। ਠੀਕ ਹੈ ਜੀ, ਤਾਂ ਮੈਟਰੀ ਸਾਈਡ ਸ਼ਬਦ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾ ਲੈਣਾ ਕਿ ਜਿਹੜੇ ਗੱਲ ਕਰ ਰਿਹਾ ਉਹ ਉਹਦੀ ਮਾਂ ਦਾ ਕਤਲ ਹੈ। ਜੇ ਕਿਤੇ ਪੈਟਰੀ ਸਾਈਡ ਸ਼ਬਦ ਮਿਲਦਾ ਤੁਸੀਂ ਅੰਦਾਜ਼ਾ ਲਾ ਲਓ ਕਿ ਇਹ ਬੰਦਾ ਉਹਦੇ ਪਿਤਾ ਦਾ ਕਤਲ ਹੈ। ਜੇ ਕਿਤੇ ਤੁਹਾਨੂੰ ਸੋਰੋ ਸਾਈਡ ਸ਼ਬਦ ਮਿਲਦਾ ਗਾ ਤਾਂ ਇਹ ਬੰਦਾ ਉਹਦੀ ਭੈਣ ਦਾ ਕਤਲ ਹੈਗਾ। ਠੀਕ ਹੈ ਜੀ, ਸੋਰ ਸਾਈਡ ਮਿਲਦਾ, ਇਹ ਬੰਦਾ ਉਹਦੀ ਕੀ ਹੈ? ਭੈਣ ਦਾ ਕਤਲ ਹੈਗਾ। ਇਸ ਤੋਂ ਬਾਅਦ ਜੇ ਕਹਿੰਦੇ ਰੈਜੀ ਸਾਈਡ, ਰੈਜੀ ਸਾਈਡ ਦਾ ਮਤਲਬ ਕੀ ਹੁੰਦਾ? ਜੇ ਕੋਈ ਬੰਦਾ ਕਿਸੇ ਰਾਜੇ ਦਾ ਕਤਲ ਕਰਦਾ, ਕੋਈ ਕਿੰਗ ਹੈਗਾ, ਠੀਕ ਹੈ ਜੀ, ਕੋਈ ਕਿੰਗ ਹੈਗਾ, ਉਹਦਾ ਕਤਲ ਕਰਤਾ ਕਿਸੇ ਨੇ, ਉਹ ਬੰਦੇ ਨੂੰ ਕੀ ਕਿਹਾ ਜਾਊਗਾ? ਉਹਨੂੰ ਕਿਹਾ ਜਾਊਗਾ ਰੈਜੀ ਸਾਈਡ। ਠੀਕ ਹੈ ਜੀ, ਇਸ ਤੋਂ ਬਾਅਦ ਆ ਗਿਆ ਬੋਬੀ ਸਾਈਡ, ਬੋਬੀ ਦਾ ਮਤਲਬ ਹੁੰਦਾ ਕੈਟਲ। ਠੀਕ ਹੈ ਜੀ, ਇਹ 'ਚ ਗਾਂ ਵੀ ਆ ਸਕਦੀ ਹੈ ਸੋਹਣਿਓ, ਇਹ 'ਚ ਮੱਝ ਵੀ ਆ ਸਕਦੀ ਹੈ। ਓਕੇ ਜੀ, ਦੇਖੋ ਜੀ, ਕਿਤੇ ਬੋਬੀ ਸ਼ਬਦ ਮਿਲ ਗਿਆ, ਕੈਟਲ ਕਹਿ ਸਕਦੇ ਹੋ ਜਾਂ ਬੀਫ ਹੈ, ਲੋਕ ਕੁਛ ਮਰਜ਼ੀ ਲਾ ਲਓ, ਜਿੱਥੇ ਜਾਨਵਰਾਂ ਦਾ ਹੱਤਿਆ ਕਰੀ ਜਾਂਦੇ, ਕਿਲਰ ਆਫ ਕੈਟਲ ਹੋ ਗਿਆ, ਜਾਨਵਰਾਂ ਦਾ ਹਥਿਆਰਾ, ਚਾਹੇ ਤਾਂ ਕਿਸੇ ਜਾਨਵਰ ਨੂੰ ਕਿਸੇ ਨੂੰ ਮਾਰਿਆ ਜਾਂਦਾ ਗਾ, ਜ਼ਰੂਰੀ ਨਹੀਂ ਇੱਥੇ ਕੈਟਲ ਹੀ ਆਊਗਾ। ਠੀਕ ਹੈ ਜੀ, ਉਹਨੂੰ ਕਿਹਾ ਜਾਂਗੇ ਬੋਬੀ ਸਾਈਡ। ਹੋਮੀ ਸਾਈਡ, ਜਿਹੜਾ ਬੰਦਾ ਹੋਮਣ, ਆਪਾਂ ਨੂੰ, ਆਪਾਂ ਕੀ ਹੈ? ਆਪਾਂ ਹੋਮੀਸਪੀਅਨ ਹੈ। ਠੀਕ ਹੈ ਜੀ, ਅਤੇ ਕਿਲਰ ਆਫ ਹੋਮਣ, ਜਿਹੜਾ ਮਨੁੱਖਤਾ ਨੂੰ ਮਾਰਦਾ, ਮਨੁੱਖਤਾ ਮਨੁੱਖਾਂ ਨੂੰ ਮਾਰਦਾ ਗਾ, ਠੀਕ ਹੈ ਜੀ, ਉਹਨੂੰ ਕਹਾਂਗੇ ਆਪਾਂ ਹੋਮੀ ਸਾਈਡ। ਠੀਕ ਹੈ ਜੀ, ਪੋਪਲ ਸਾਈਡ, ਪੋਪਲ ਸਾਈਡ ਦਾ ਮਤਲਬ ਕੀ ਹੈ? ਪੋਪਲ ਦਾ ਮਤਲਬ ਹੁੰਦਾ ਜੀ ਪਾਪੂਲੇਸ਼ਨ। ਠੀਕ ਹੈ ਜੀ, ਆਬਾਦੀ ਦਾ ਹਥਿਆਰਾ, ਮੰਨ ਲਓ ਕਿਤੇ ਬਹੁਤ ਜ਼ਿਆਦਾ ਇਕੱਠ ਹੋਇਆ ਗਾ ਜਾਂ ਕਿਸੇ ਬੰਦੇ ਨੇ ਇਹੋ ਜਿਹਾ ਬਹਿਰ ਸਮਣਾ ਤਾ, ਉਹ ਕਹਿੰਦਾ ਵੀ ਮੈਂ ਦੁਨੀਆਂ ਨੂੰ ਖਤਮ ਕਰਨਾ ਗਾ। ਠੀਕ ਹੈ, ਤੁਸੀਂ ਫਿਲਮਾਂ ਦੇ ਵਿੱਚ ਦੇਖ ਰਹੇ ਹੋਵੋਗੇ ਜੀ, ਆਪਾਂ ਫਲਾਣੀ ਮਜਾਇਲ ਚਲਾਤੀ, ਹੁਣ ਆਪਾਂ ਇੰਨੇ ਲੋਕਾਂ ਨੂੰ ਮਾਰ ਦਾਂਗੇ, ਪਰ ਐਕਟਰ ਬਚਾ ਲੈਂਦੇ ਆ, ਹੈ ਨਾ, ਫਿਲਮਾਂ ਦੇ ਵਿੱਚ ਜਿਵੇਂ ਦੇਖਦੇ, ਉਹ ਚੀਜ਼ ਆ ਜਾਂਦੀ ਹੈ, ਕਿਲਰ ਆਫ ਪਾਪੂਲੇਸ਼ਨ ਕਿਹਾ ਜਾਂਦਾ ਉਹਨੂੰ। ਠੀਕ ਹੈ ਜੀ, ਜਿਨੋਸਾਈਡ, ਜਿਹੜਾ ਬੰਦਾ ਕਿਸੇ ਪ੍ਰਜਾਤੀ ਦਾ ਹਥਿਆਰਾ ਹੋਵੇ, ਜਿਵੇਂ ਹੁਣ ਜੰਗਲਾਂ ਦੇ ਵਿੱਚ
ਪੁਰਾਣੇ ਸਮਿਆਂ ਦੇ ਵਿੱਚ ਕੋਈ ਰਹਿੰਦੇ ਸੀਗੇ, ਜਾਤੀਆਂ ਰਹਿੰਦੀਆਂ ਸੀ, ਜਿਹੜੇ ਉੱਥੋਂ ਦੇ ਮਹਾਰਾਜੇ ਸੀ, ਜੇ ਕੋਈ ਉਹਨਾਂ ਦੀ ਗੱਲ ਨਹੀਂ ਮੰਨਦਾ ਸੀਗਾ, ਜੇ ਮੰਨ ਲਓ ਮੁਗਲਾਂ ਨੇ ਸਿੱਖਾਂ ਨੂੰ ਕਿਵੇਂ ਉਹਨਾਂ ਦੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ, ਪਰ ਹੋਏ ਨਹੀਂ, ਖਤਮ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਬਹੁਤ ਜੀਨੋਸਾਈਡ ਕੀਤਾ ਮੁਗਲਾਂ ਨੇ ਸਿੱਖਾਂ ਦਾ, ਠੀਕ ਹੈ ਜੀ, ਐਂ ਕਹਿ ਸਕਦੇ ਹਾਂ ਆਪਾਂ। ਇਸ ਤੋਂ ਬਾਅਦ ਐਮੀਸਾਈਡ, ਜਿਹੜਾ ਕੋਈ ਬੰਦਾ ਆਪਦੇ ਦੋਸਤ ਦਾ ਕਤਲ ਕਰ ਦਿੰਦਾ ਗਾ ਉਹਨੂੰ ਆਪਾਂ ਕਹਿੰਦੇ ਹਾਂ ਐਮੀਸਾਈਡ। ਆਪਾਂ ਪੜ੍ਹਦੇ ਹਾਂ ਅਖਬਾਰਾਂ ਦੇ, ਫਲਾਣੇ ਬੰਦੇ ਨੇ 50 ਰੁਪਈਆ ਪਿੱਛੇ ਜਦ 2500 ਰੁਪਏ ਦੋਸਤ ਤੋਂ ਉਧਾਰਾ ਲੈਣਾ ਸੀ ਉਹਨੂੰ ਮਾਰਤਾ, ਤਾਂ ਉਹਨੂੰ ਐਮੀਸਾਈਡ ਜੋ ਸ਼ਬਦ ਮਿਲ ਗਿਆ, ਰਾਹੁਲ ਐਮੀਸਾਈਡ ਟੂ ਰਵੀ, ਤਾਂ ਉੱਥੇ ਤੁਹਾਨੂੰ ਐਟੋਮੈਟਿਕ ਪਤਾ ਲੱਗ ਜੂ ਕਿ ਰਾਹੁਲ ਨੇ ਰਵੀ ਦਾ ਕਤਲ ਕਰਤਾ ਕਿਉਂਕਿ ਦੋਸਤ ਸੀ, ਠੀਕ ਹੈ ਜੀ। ਜੇਕਰ ਕੋਈ ਬੰਦਾ ਆਪਣੇ ਬ੍ਰਦਰ ਨੂੰ ਮਾਰਦਾ ਉਹਨੂੰ ਫ੍ਰੈਟਰੀਸਾਈਡ ਕਿਹਾ ਜਾਂਦਾ, ਉਹਨੂੰ ਫ੍ਰੈਟਰੀਸਾਈਡ ਕਿਹਾ ਜਾਂਦਾ ਗਾ, ਠੀਕ ਹੈ ਜੀ। ਜਿਹੜਾ ਕੋਈ ਬੰਦਾ ਬਨਸਪਤੀ ਨੂੰ ਮਾਰਦਾ ਉਹਨੂੰ ਹਰਬੀਸਾਈਡ ਕਿਹਾ ਜਾਂਦਾ। ਆਪਾਂ ਕਹਿੰਦੇ ਨਹੀਂ ਆਪਾਂ ਦਵਾਈ ਲੈ ਕੇ ਆਉਂਦੇ ਵੀ ਹਰਬੀਸਾਈਡ ਦੇ ਦਿਓ, ਕਈ ਚੀਜ਼ਾਂ ਦੇ ਹਰਬੀਸਾਈਡ ਲਿਖਿਆ ਹੁੰਦਾ ਗਾ ਜੇ ਤੁਸੀਂ ਲੈਣ ਜਾਓਗੇ, ਕਈ ਕਹਿੰਦੇ ਇਨਸੈਕਟੀਸਾਈਡ ਲਿਖਿਆ ਵਾ ਹੁੰਦਾ ਗਾ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ, ਕਈ ਕਹਿੰਦੇ ਪੈਸਟੀਸਾਈਡ ਲਿਖਿਆ ਵਾ ਹੁੰਦਾ ਗਾ, ਠੀਕ ਹੈ ਜੀ। ਇਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਆਮ ਆਪਣੇ ਜੀਵਨ ਦੇ ਵਿੱਚ। ਇਸ ਤੋਂ ਬਾਅਦ ਦੇਖੋ ਜੀ, ਆਹ ਆ ਗਿਆ ਇਨਫੈਂਟੀਸਾਈਡ। ਇਨਫੈਂਟੀਸਾਈਡ ਕੌਣ ਹੁੰਦਾ ਰਿਹਾ ਜੀ? ਇਨਫੈਂਟੀਸਾਈਡ ਉਹ ਹੁੰਦਾ ਗਾ, ਠੀਕ ਹੈ ਜੀ, ਜਿਹੜਾ ਕੀ ਕਰਦਾ ਸੋਹਣਿਓ, ਜਿਹੜਾ ਕਿ ਨਵਜਾਤ ਸ਼ੀਸ਼ੂ ਦੀ ਹੱਤਿਆ ਕਰਦਾ ਹੈ, ਜਿਹੜਾ ਮਤਲਬ ਕਿਲਰ ਆਫ ਦਾ ਨਿਊਲ ਬੇਬੀ, ਬੇਬੀ ਦਾ ਜਨਮ। ਇੱਕ ਤੁਸੀਂ ਹੁਣ ਥੋੜ੍ਹੇ ਦਿਨ ਹੋ ਗਿਆ ਵੀਡੀਓ ਦੇਖੀ, 3-4 ਮਹੀਨੇ ਹੋਸਪਿਟਲ ਦੇ ਵਿੱਚ ਸੀਟੀ ਕੈਮਰਾ ਲੱਗਿਆ ਹੋਇਆ ਸੀ, ਇੱਕ ਦਰਾਣੀ ਜਠਾਣੀ ਸੀ ਉਹਨਾਂ ਦੇ ਵਿੱਚ, ਇੱਕ ਦੇ ਤਾਂ ਬੱਚਾ ਹੁੰਦਾ ਨਹੀਂ ਸੀਗਾ, ਇੱਕ ਦੇ ਆਪਣੇ ਦੂਜਾ ਉਹਦੇ ਤੀਜਾ ਬੱਚਾ ਸੀਗਾ, ਉਹ ਕੀ ਕਰਦੇ ਸੀ ਜਦੋਂ ਬੱਚਾ ਜਨਮ ਲੈਂਦੇ ਉਹਦੇ ਮੂੰਹ ਦੇ ਵਿੱਚ ਜ਼ਹਿਰ ਪਾਇਆ ਹੁੰਦੀ ਸੀ, ਜਿਹਦੇ ਕਰਕੇ ਬੱਚੇ ਦੀ ਡੈਥ ਹੋ ਜਾਂਦੀ ਸੀ, ਡਾਕਟਰਾਂ ਨੂੰ ਵੀ ਪਤਾ ਲੱਗਦਾ ਸੀ। ਇਸ ਵਾਰ ਜਦੋਂ ਬੱਚੇ ਦੇ ਮੂੰਹ 'ਚ ਪਾਉਣ ਲੱਗੇ ਉਹ, ਤਾਂ ਉਸੇ ਕੈਮਰਾ ਲੱਗਿਆ ਹੋਇਆ ਸੀ ਉਹਦੇ 'ਚ, ਉਹ ਰਿਕਾਰਡਿੰਗ ਹੋ ਗਈ, ਪਰ ਬੱਚੇ ਨੂੰ ਬਚਾ ਲਿਆ ਅਤੇ ਉਹਨੂੰ ਸਜ਼ਾ ਮਿਲੀ ਹੈ, ਠੀਕ ਹੈ ਜੀ। ਤਾਂ ਉਹ ਔਰਤ ਨੂੰ ਕੀ ਕਿਹਾ ਜਾਊਗਾ? ਇਨਫੈਂਟੀਸਾਈਡ ਕਿਹਾ ਜਾਊਗਾ, ਠੀਕ ਹੈ ਜੀ। ਇੱਕ ਦੇਖਣ ਨੂੰ ਮਿਲੂਗਾ ਆਪਣਾ ਸ਼ਬਦ ਪੋਲਟੀਸਾਈਡ, ਅਣਜੰਮੇ ਬੱਚੇ ਦੀ ਹੱਤਿਆ। ਜਿਵੇਂ ਪੁਰਾਣੀਆਂ ਫਿਲਮਾਂ ਦੇ ਜਨਮੀਸ਼ ਪੂਰੀ ਵਰਗੇ ਕੀ ਕਰਦੇ ਹੁੰਦੇ ਸੀ, ਬੱਚਾ ਹੋਣ ਵਾਲਾ ਹੁੰਦਾ ਸੀ, ਪਹਿਲੀ ਜਾ ਕੇ ਉਹਦੀ ਘਰਵਾਲੀ ਨੂੰ ਮਾਰ ਦਿੰਦੇ ਸੀ, ਠੀਕ ਹੈ ਜੀ, ਮੁੜ ਕੇ ਬਦਲਾ ਲੈਂਦੇ ਸੀ, ਉਹ ਚੀਜ਼ ਨੂੰ ਕਿਹਾ ਜਾਊਗਾ ਫੋਰਟੀਸਾਈਡ। ਇਨਸੈਕਟੀਸਾਈਡ, ਇਨਸੈਕਟੀਸਾਈਡ ਤੁਸੀਂ ਸਪਰੇਹਾਂ ਵਾਲੀ ਦੁਕਾਨ 'ਤੇ ਜਾਓਗੇ, ਉਹਨੂੰ ਆਪਾਂ ਕਹਿੰਦੇ ਇਨਸੈਕਟੀਸਾਈਡ ਦੇ ਯਾਰ, ਕਿ ਬਾਹਲਾ ਹੋਏ ਪਏ ਕੀੜੇ ਮਕੌੜੇ ਜੇ ਬਾਹਲੇ ਹੋਏ ਪਏ ਆ, ਤਾਂ ਉਹ ਚੀਜ਼ ਕਿਲਰ ਆਫ ਇਨਸੈਕਟ। ਕੀਟਨਾਸ਼ਕਾਂ, ਕੀੜਿਆਂ ਦੀ ਹੱਤਿਆ, ਜੇ ਪੈਸਟੀਸਾਈਡ ਆ ਗਿਆ ਇਹ ਕੀਟਨਾਸ਼ਕਾਂ ਦੀ ਹੱਤਿਆ। ਸਿਵਲੀਸਾਈਡ ਸ਼ਬਦ ਕਿਤੇ ਵੀ ਤੁਹਾਨੂੰ ਮਿਲ ਗਿਆ, ਤਾਂ ਇਹਦਾ ਮਤਲਬ ਜੇ ਕੋਈ ਬੰਦਾ ਦੋ ਭੈਣ ਭਰਾਵਾਂ ਦੀ ਇਕੱਠਿਆਂ ਨੂੰ ਮਾਰਦਾ ਗਾ, ਭੈਣ ਭਰਾਵਾਂ ਨੂੰ ਮਾਰਤਾ, ਤਾਂ ਉੱਥੇ ਸ਼ਬਦ ਮਿਲ ਜੂਗਾ ਸਿਵਲੀਸਾਈਡ। ਸਿਵਲੀ ਸ਼ਬਦ ਕਿਤੇ ਮਿਲ ਜੂਗਾ, ਤੁਸੀਂ ਦੇਖਿਆ ਹੁਣ ਅਖਬਾਰ 'ਤੇ ਕਿ ਭਾਈ ਇੱਕ ਪਿਓ ਸੀ ਉਹਨੂੰ ਘਾਟਾ ਪੈ ਗਿਆ ਕਿਸੇ ਚੀਜ਼ ਦੇ ਵਿੱਚ, ਉਹਨਾਂ ਦੇ ਪੁੱਤ ਅਤੇ ਧੀ ਨੂੰ ਦੋਨਾਂ ਨੂੰ ਮਾਰਤਾ ਕੁਛ ਦੇ ਕੇ, ਠੀਕ ਹੈ ਜੀ। ਤਾਂ ਉਹ ਚੀਜ਼ ਜਿਹੜੀ ਹੁੰਦੀ ਹੈ ਉਹਨੂੰ ਆਪਾਂ ਸਿਵਲੀਸਾਈਡ ਕਹਾਂਗੇ, ਠੀਕ ਹੈ ਜੀ। ਫਿਲੀਸਾਈਡ ਹੁੰਦਾ ਗਾ ਜਿਹੜਾ ਬੰਦਾ ਬੱਚਿਆਂ ਨੂੰ ਮਾਰਦਾ, ਜਿਹੜਾ ਬੱਚਾ ਬੱਚਿਆਂ ਨੂੰ ਮਾਰਦਾ ਗਾ, ਠੀਕ ਹੈ ਜੀ, ਉਹਨੂੰ ਫਿਲੀਸਾਈਡ ਕਿਹਾ ਜਾਊਗਾ। ਦੇਖੋ ਪਹਿਲਾਂ ਆਪਾਂ ਪੜ੍ਹ ਕੇ ਸੀ ਪੈਟਰੀਸਾਈਡ, ਮੈਟਰੀਸਾਈਡ, ਹੁਣ ਆ ਗਿਆ ਇੱਥੇ ਪੈਰੀਸਾਈਡ। ਪੈਰੀਸਾਈਡ ਦੇ ਵਿੱਚ ਰਾਜੇ ਕੋਈ ਬੰਦਾ ਆਪਣੇ ਮਾਂ ਪਿਓ ਨੂੰ ਇਕੱਠਿਆਂ ਨੂੰ ਮਾਰਦਾ ਹੁੰਦਾ, ਮਦਰ ਨੂੰ ਫਾਦਰ ਨੂੰ ਇਕੱਠਿਆਂ ਨੂੰ ਮਾਰਦਾ, ਜਾਂ ਆਪਣੇ ਕਿਸੇ ਬਾਹਲੇ ਕਲੋਜ਼ ਰਿਸ਼ਤੇਦਾਰ ਨੂੰ ਜਿਹੜਾ ਬੰਦਾ ਕੋਈ ਮਾਰਦਾ ਗਾ ਉਹਨੂੰ ਕੀ ਕਿਹਾ ਜਾਊਗਾ? ਪੈਰੀਸਾਈਡ, ਉਹਨੂੰ ਕੀ ਕਿਹਾ ਜਾਊਗਾ? ਪੈਰੀਸਾਈਡ। ਇਸ ਤੋਂ ਬਾਅਦ ਸਾਨੂੰ ਸ਼ਬਦ ਮਿਲੂਗਾ ਐਕਸੋਰੀਸਾਈਡ, ਇਹਦਾ ਮਤਲਬ ਹੈਗਾ ਜਿਹੜਾ ਬੰਦਾ ਆਪਣੀ ਵਾਈਫ ਦਾ ਕਤਲ ਕਰਦੇ ਉਹਨੂੰ ਔਕਸੀਸਾਈਡ ਕਿਹਾ ਜਾਊਗਾ, ਠੀਕ ਹੈ ਜੀ। ਜੇਕਰ ਕੋਈ ਔਰਤ ਆਪਣੇ ਪਤੀ ਦਾ ਕਤਲ ਕਰਦੇ ਉਹਨੂੰ ਮੈਰੀਟੀਸਾਈਡ ਕਿਹਾ ਜਾਊਗਾ, ਠੀਕ ਹੈ ਜੀ। ਇਹ ਰਾਜੇ ਸ਼ਬਦ ਮੈਂ ਤੁਹਾਨੂੰ ਦੁਬਾਰੇ ਫਿਰ ਕਹਿ ਰਿਹਾ, ਮੈਨੂੰ ਕੋਈ ਸ਼ੌਂਕ ਨਹੀਂ ਹੈਗਾ ਜੀ, ਮੈਂ ਤੁਹਾਨੂੰ ਉਹੀ ਕਰਵਾਈ ਜਾਂਦਾ। ਇਹ ਇੰਨੇ ਜ਼ਿਆਦਾ ਇੰਪੋਰਟੈਂਟ ਆ, ਇੰਨੇ ਜ਼ਿਆਦਾ ਇੰਪੋਰਟੈਂਟ ਆ, ਕਹਿਣ ਦਾ ਮਤਲਬ ਕਿ ਇਹ ਤੁਹਾਨੂੰ ਸਾਰੇ ਕੰਮਾਂ 'ਚ ਹੀ ਫਾਇਦਾ ਦੇਣਗੇ, ਤੁਹਾਨੂੰ ਸੰਟੋਨੀਅਮ 'ਚ ਫਾਇਦਾ ਦੇਣਗੇ, ਐਂਟੋਨੀਅਮ ਦੇ ਵਿੱਚ ਫਾਇਦਾ ਦੇਣਗੇ, ਬਨ ਵਰਡ, ਈਡੀਅਮ, ਗ੍ਰਾਮਰ, ਬਹੁਤ ਚੀਜ਼ਾਂ ਦੇ ਵਿੱਚ ਤੁਹਾਡੀ ਗ੍ਰਾਮਰ ਵੀ, ਜਿਵੇਂ ਜਿਵੇਂ ਤੁਸੀਂ ਇੰਗਲਿਸ਼ ਪੜ੍ਹੀ ਜਾਓ ਤੁਹਾਡੀ ਗ੍ਰਾਮਰ ਵੀ ਹਾਈ ਹੋਈ ਜਾਊਗੀ, ਸੁਣਿਓ, ਇਹਨੂੰ ਵੀ ਨਾ ਸਮਝੋ ਕਿ ਉਹ ਹੀ ਕਰਵਾਈ ਜਾਂਦਾ ਮੈਂ ਤੁਹਾਨੂੰ, ਠੀਕ ਹੈ। ਇਸ ਤੋਂ ਬਾਅਦ ਆਪਾਂ ਨੂੰ ਸ਼ਬਦ ਮਿਲੂਗਾ ਐਕਰੋ। ਕਿਤੇ ਵੀ ਤੁਹਾਨੂੰ ਐਕਰੋ ਸ਼ਬਦ ਮਿਲ ਗਿਆ ਤਾਂ ਇਹਦਾ ਮਤਲਬ ਹੈਗਾ ਤਾਂ ਜੀ ਹਾਈਟ। ਹਾਈਟ ਨੂੰ ਆਪਾਂ ਪੰਜਾਬੀ ਦੇ ਵਿੱਚ ਕੀ ਕਹਿੰਦੇ ਹਾਂ? ਉੱਚਾਈ, ਠੀਕ ਹੈ ਜੀ।
ਆ ਪਿਆ ਐਕਰੋ, ਆ ਪਿਆ ਫੋਬੀਆ। ਫੋਬੀਆ ਸ਼ਬਦ ਮੈਂ ਤੁਹਾਨੂੰ ਕੀ ਕਿਹਾ, ਜਿੱਥੇ ਵੀ ਕਿਤੇ ਤੁਹਾਨੂੰ ਫੋਬੀਆ ਸ਼ਬਦ ਮਿਲ ਜੇ ਇਹਦਾ ਮਤਲਬ ਕੀ ਹੋਊਗਾ, ਡਰ ਹੋਊਗਾ। ਕਿਤੇ ਵੀ ਤੁਹਾਨੂੰ ਮਾਣੀਆ ਸ਼ਬਦ ਮਿਲ ਜੇ ਇਹਦਾ ਮਤਲਬ ਕੀ ਹੋਊਗਾ, ਇਹਦਾ ਮਤਲਬ ਹੋਊਗਾ ਕਿਸੇ ਚੀਜ਼ ਪ੍ਰਤੀ ਸਣਕ, ਪਾਗਲਪਨ, ਉਹ ਚੀਜ਼ ਆਊਗੀ। ਕਿਤੇ ਵੀ ਤੁਹਾਨੂੰ ਸਾਈਡ ਸ਼ਬਦ ਮਿਲ ਜੇ ਜਿਹੜੇ ਆਪਾਂ ਆਮ ਤੌਰ 'ਤੇ ਬਾਹਲੇ ਵਰਤਦੇ ਹਾਂ ਲਾਈਫ ਦੇ ਵਿੱਚ, ਉਹਨੂੰ ਆਪਾਂ ਹਥਿਆਰਾ ਸ਼ਬਦ ਨਾਲ ਕਰਾਂਗੇ ਕਿ ਹਥਿਆਰ ਮਤਲਬ ਹਥਿਆਰਾ, ਕਾਤਲ। ਠੀਕ ਹੈ, ਇਹ ਚੀਜ਼ਾਂ ਹੁੰਦੀਆਂ ਸੋਹਣੇ। ਠੀਕ ਹੈ ਜੀ, ਐਕਰੋ ਸ਼ਬਦ ਹੁੰਦਾ ਉਚਾਈ ਦੇ ਨਾਲ ਸੰਬੰਧਿਤ। ਹੁਣ ਸਭ ਤੋਂ ਪਹਿਲਾਂ ਸ਼ਬਦ ਆ ਗਿਆ ਆਪਣੇ ਕੋਲ ਐਕਰੋ। ਐਕਰੋ ਮੈਨੇ ਉਚਾਈ, ਫੋਬੀਆ ਮੈਨੇ ਡਰ। ਜਿਹੜਾ ਬੰਦਾ ਉਚਾਈ ਤੋਂ ਡਰਦਾ ਗਾ, ਜਿਹੜਾ ਬੰਦਾ ਉਚਾਈ ਤੋਂ ਡਰਦਾ ਗਾ, ਉਹ ਬੰਦੇ ਨੂੰ ਕੀ ਕਹਾਂਗੇ, ਭਾਈ ਆਹ ਬੰਦਾ ਉਚਾਈ ਤੋਂ ਡਰਦਾ, ਇਹਨੂੰ ਐਕਰੋ ਫੋਬੀਆ। ਹੁਣ ਮੈਨੂੰ ਵੀ ਹੋ ਸਕਦਾ ਗਾ, ਜੇ ਮੈਂ ਕਿਤੇ 10 ਮੰਜ਼ਲੀ 'ਤੇ ਚੜ ਜੂਗਾ, ਮੈਨੂੰ ਵੀ ਥੱਲੇ ਜੂ ਝਾਕਦੇ, ਆਪਾਂ ਖੂਹ ਦੇ ਵਿੱਚ ਦੇਖ ਲਓ, ਆਪਾਂ ਖੂਹ ਦੇ ਵਿੱਚ ਦੇਖਦੇ, ਆਪਾਂ ਨੂੰ ਡਰ ਨਹੀਂ ਲੱਗਦਾ ਹੈਗਾ, ਤਾਂ ਸਮਝ ਲਓ ਆਪਣੇ ਐਕਰੋ ਫੋਬੀਆ ਹੈ, ਆਪਾਂ ਡਰਦੇ ਹਾਂ, ਆਪਾਂ ਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਹੁੰਦਾ। ਪਰ ਜਦੋਂ ਤੁਸੀਂ ਚੀਜ਼ਾਂ ਨੂੰ ਫੇਸ ਕਰੋਗੇ, ਉਦੋਂ ਤੁਹਾਨੂੰ ਇਹ ਚੀਜ਼ਾਂ ਪਤਾ ਲੱਗਦੇ ਹੈ। ਐਕਰੋਬੇਟ, ਠੀਕ ਹੈ ਜੀ, ਐਕਰੋ ਮੈਨੇ ਉਚਾਈ, ਬੇਟ ਮੈਨੇ ਕੀ ਕਰਨਾ ਗਾ, ਕੋਈ ਕਲਾਬਾਜ਼ੀ ਕਰਨੀ। ਜਿਹੜਾ ਬੰਦਾ ਰਾਜੇ ਹਵਾ ਦੇ ਵਿੱਚ ਉਚਾਈ ਦੇ ਕਰਤੱਵ ਕਰਦਾ, ਤੁਸੀਂ ਬਹੁਤ ਸਾਰੀ ਜਗ੍ਹਾ 'ਤੇ ਦੇਖਿਆ ਹੋਣਾ ਕਿ ਕੰਪਨੀ ਵਿੱਚ ਖਤਰੋਂ ਕਾ ਖਿਲਾੜੀ ਚੱਲਦਾ ਗਾ, ਉਹਦੇ ਵਿੱਚ ਹਵਾ ਦੇ ਵਿੱਚ ਸਟੰਟ ਕਰਦੇ ਆ, ਤਾਂ ਉਹ ਚੀਜ਼ ਨੂੰ ਆਪਾਂ ਐਕਰੋਬੇਟ ਕਹਾਂਗੇ। ਠੀਕ ਹੈ ਜੀ, ਐਕਰੋਫੇਟ, ਐਕਰੋਫੇਟ, ਐਕਰੋ ਮੈਨੇ ਉਚਾਈ, ਫੇਟ ਮੈਨੇ ਕਿਸੇ ਚੀਜ਼ ਦਾ ਉੱਗਣਾ, ਗਰੋਇੰਗ। ਹੁਣ ਤੁਸੀਂ ਦੇਖਿਆ ਹੋਣਾ ਬਹੁਤ ਵੱਡੀਆਂ ਵੱਡੀਆਂ ਪਹਾੜੀਆਂ ਹੁੰਦੀਆਂ, ਵੱਡੇ ਵੱਡੇ ਪਹਾੜ ਹੁੰਦੇ, ਉਹਨਾਂ ਦੇ ਵਿੱਚ ਕੋਈ ਦਰੱਖਤ ਉੱਗੇ ਪਏ ਹੁੰਦੇ, ਛੋਟੇ ਛੋਟੇ ਘਾਹ ਉੱਗਿਆ ਪਿਆ ਹੁੰਦਾ, ਕੋਈ ਪੌਦਾ ਉੱਗਿਆ ਪਿਆ ਹੁੰਦਾ, ਤਾਂ ਉਹ ਚੀਜ਼ ਨੂੰ ਆਪਾਂ ਕੀ ਕਹਾਂਗੇ, ਉਹ ਚੀਜ਼ ਨੂੰ ਕਹਾਂਗੇ ਇਹ ਪਲੈਂਟ ਗਰੋਇੰਗ ਐਟ ਏ ਹਾਈ ਅਲਟੀਟਿਊਡ, ਜਿਹੜਾ ਬਹੁਤ ਉਚਾਈ 'ਤੇ ਉੱਗ ਰਿਹਾ ਹੈਗਾ। ਠੀਕ ਹੈ ਜੀ, ਆਹ ਦੇਖੋ ਜੀ, ਆਹ ਸ਼ਬਦ ਆਪਾਂ ਪਹਿਲਾਂ ਪੜ੍ਹ ਕੇ ਗਏ ਨਾ, ਪੋਲਿਸ਼ ਸ਼ਬਦ, ਯਾਦ ਕਰੋ, ਪੋਲਿਸ਼ ਸ਼ਬਦ ਆਪਾਂ ਪੜ੍ਹ ਕੇ ਗਏ ਹਾਂ। ਹੁਣ ਬਹੁਤ ਬੱਚਿਆਂ ਦਾ ਯਾਦ ਹੋਊ, ਕਿਹੜੇ 'ਚ ਪੜ੍ਹ ਕੇ ਗਏ ਹਾਂ ਜੀ, ਆਪਾਂ ਪੜ੍ਹ ਕੇ ਗਏ ਨੈਕਰੋ ਪੋਲਿਸ਼। ਨੈਕਰੋ ਮੈਨੇ ਕੀ ਹੁੰਦਾ, ਕਿਸੇ ਚੀਜ਼ ਦੀ ਡੈਥ ਹੋਣੀ, ਮਰਿਆ ਹੋਇਆ ਸਰੀਰ, ਪੁਲਿਸ ਮੈਨੇ ਕੋਈ ਸਿਟੀ ਜਿੱਥੇ ਮਰੇ ਹੋਏ ਬੰਦੇ ਨੂੰ ਦੱਬਿਆ ਜਾਂਦਾ, ਉਹਨੂੰ ਕੀ ਕਹਿੰਦੇ ਆ ਆਪਾਂ, ਨੈਕਰੋ ਪੋਲਿਸ ਕਹਿੰਦੇ ਹਾਂ। ਤਾਂ ਇੱਥੇ ਵੀ ਪੁਲਿਸ ਦਾ ਮਤਲਬ ਕੀ ਹੈਗਾ, ਸਿਟੀ ਹੈ, ਐਕਰੋ ਦਾ ਮਤਲਬ ਉਚਾਈ ਹੈ। ਜਿਹੜਾ ਕੋਈ ਸ਼ਹਿਰ ਬੜੀ ਉਚਾਈ 'ਤੇ ਹੋਵੇ ਉਹਨੂੰ ਕੀ ਕਹਾਂਗੇ, ਉਹਨੂੰ ਕਹਾਂਗੇ ਐਕਰੋ ਪੋਲਿਸ। ਠੀਕ ਹੈ ਜੀ, ਉਹਨੂੰ ਕੀ ਕਹਾਂਗੇ, ਐਕਰੋ ਪੋਲਿਸ। ਲਓ ਜੀ, ਇਹਦੇ ਨਾਲ ਆਪਣੇ ਅੱਜ ਇਹ ਕਵਰ ਹੋ ਚੁੱਕੇ ਆ। ਠੀਕ ਹੈ ਜੀ, ਹੁਣ ਇਹਦੇ ਰਾਜੇ ਬਹੁਤ ਬੱਚੇ ਮੇਰੇ ਤੋਂ ਪੁੱਛ ਰਹੇ ਆ, ਸਰ ਇਹਦੇ ਲੈਕਚਰ ਕਿੰਨੇ ਕੁ ਲੱਗਣਗੇ? ਮੈਂ ਤੁਹਾਨੂੰ ਇੱਕ ਮਿੰਟ ਤੁਹਾਨੂੰ ਦੱਸਦਾ, ਇਹਦੇ ਰਾਜੇ ਟੋਟਲ 40 ਕੁ ਲੈਕਚਰ ਹੋਣਗੇ ਤੁਹਾਡੇ, 40 ਤੋਂ ਘੱਟ ਹੀ ਕਰਵਾ ਦੂੰਗਾ। ਕੋਸ਼ਿਸ਼ ਕਰੂੰਗਾ ਮੈਂ 30 ਤੋਂ 35 ਲੈਕਚਰਾਂ ਦੇ ਵਿੱਚ ਤੁਹਾਨੂੰ ਸਾਰੀ ਆਲ ਦੁਨੀਆ ਦੀ, ਆਲ ਵਰਲਡ, ਸਾਰੀ ਦੁਨੀਆ ਦੀ ਇਹਦੇ 'ਚ ਜਿਹੜੀ ਪੇਪਰ 'ਚ ਤੁਹਾਨੂੰ ਆਊਗੀ ਬਕਾਇਦ, ਉਹ ਇਹਦੇ 'ਚ ਕਵਰ ਕਰਵਾ ਦੂੰ ਤੁਹਾਨੂੰ। ਠੀਕ ਹੈ ਜੀ, ਜੇ ਕਲਾਸਾਂ ਦਾ ਫਾਇਦਾ ਲੈਣਾ ਲੈ ਲਓ, ਜਿੰਨਾ ਲਿੱਤਾ ਜਾਂਦਾ। ਧੰਨਵਾਦ।